ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਗਹਿਵਜ ਪੂਰਾ 1 ਸਾਲ ਹੋ ਚੁੱਕਿਆ ਹੈ ਜਿਸ ਸਿੱਧੂ ਮੂਸੇਵਾਲਾ ਦੀ ਵਰਸੀ ਹੈ 29 ਮਈ ਦਾ ਦਿਨ ਹੈ ਜਿਸ ਦਿਨ ਸਿੱਧੂ ਮੂਸੇਵਾਲਾ ਇਸ ਦੁਨੀਆ ਨੂੰ ਛੱਡ ਗਏ ਸਨ ਸੋ ਅੱਜ ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਬਾਰੇ ਕੁਝ ਫੈਕਟਸ ਤੁਹਾਡੇ ਨਾਲ ਸਾਂਝੇ ਕਰਾਂਗੇ ਕੁਝ ਗੱਲਾਂ ਕਰਾਂਗੇ ਉਹਨਾਂ ਬਾਰੇ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਦੇ ਉਹਨਾਂ ਗੀਤਾਂ ਦੀ ਜੋ ਕਿ ਉਹਨਾਂ ਦੇ ਜਾਣ ਤੋਂ ਬਾਅਦ ਰਿਲੀਜ਼ ਹੋਏ ਨੇ ਸਿੱਧੂ ਮੂਸੇਵਾਲਾ ਦੇ ਅਜੇ ਹੀ ਕਈ ਗੀਤ ਨੇ ਜੋ ਕਿ ਹਾਲੇ ਵੀ ਰਿਲੀਜ਼ ਹੋਣੇ ਬਾਕੀ ਨੇ ਜਿਵੇਂ ਕਿ ਉਹਨਾਂ ਦੇ ਪਤਾ ਵੱਲੋਂ ਕਿਹਾ ਗਿਆ ਸੀ ਕਿ ਕਈ ਸਾਲ ਤੱਕ ਆਪਣੇ ਬੇਟੇ ਨੂੰ ਸਾਡੇ ਸਭ ਦੇ ਵਿੱਚ ਜਿਉਂਦਾ ਰੱਖਣਗੇ ਤੇ ਸਿੱਧੂ ਮੂਸੇਵਾਲਾ ਦੇ ਗੀਤ ਉਹ ਕੁਝ-ਕੁਝ ਸਮੇਂ ਬਾਅਦ ਰਿਲੀਜ਼ ਕਰਦੇ ਰਹਿਣਗੇ ਲੇਕਿਨ ਤੁਹਾਨੂੰ ਦੱਸ ਜੀ ਕਿ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਉਹਨਾਂ ਦੇ ਕਈ ਗੀਤ ਸਾਡੇ ਸਾਹਮਣੇ ਵੀ ਆਏ ਨੇ ਜਿਨ੍ਹਾਂ ਵਿੱਚ ਸਭ ਤੋਂ ਪਹਿਲਾ ਗੀਤ ਸੀ SYL SYL ਗੀਤ ਦਰਸ਼ਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਇਸ ਗੀਤ ਨੂੰ ਲੋਕਾਂ ਨੇ ਜਿੱਥੇ ਬਹੁਤ ਜ਼ਿਆਦਾ ਪਿਆਰ ਦਿੱਤਾ ਉੱਥੇ ਹੀ ਇਸ ਗੀਤ ਨੇ ਇੰਟਰਨੈਸ਼ਨਲ ਚਾਰਟਸ ਤੇ ਵੀ ਬਣਵਾਈ ਹਾਲਾਂਕਿ ਇਹ ਗੀਤ ਨੂੰ ਲੈ ਕੇ ਕਈ ਸਵਾਲ ਵੀ ਉੱਠੇ ਲੇਕਿਨ ਦਰਸ਼ਕਾਂ ਨੇ ਇਸ ਗੀਤ ਨੂੰ ਪਰਵਾਹ ਹੁੰਗਾਰਾ ਦਿੱਤਾ ਤੇ ਪੰਜਾਬੀਆਂ ਦਾ ਕਹਿਣਾ ਸੀ ਕਿ ਇਹ ਗੀਤ ਪੰਜਾਬ ਦੀ ਗੱਲ ਕਰ ਰਿਹਾ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਿਹਾ ਸਿੱਧੂ ਮੂਸੇਵਾਲਾ ਨੇ ਹਮੇਸ਼ਾ ਹੀ ਪੰਜਾਬ ਤੇ ਪੰਜਾਬੀਅਤ ਦਾ ਮਾਣ ਉੱਚਾ ਕੀਤਾ ਸੀ ਇਸ ਤੋਂ ਇਲਾਵਾ ਦੱਸਿਏ ਕਿ ਸਿੱਧੂ ਮੂਸੇਵਾਲਾ ਦਾ ਗੀਤ ਵਾਰ ਵੀ ਰਿਲੀਜ਼ ਹੋਇਆ ਜੋ ਕਿ ਅੱਜ ਤੋਂ ਕਰੀਬ 6 ਮਹੀਨੇ ਪਹਿਲਾਂ ਰਿਲੀਜ਼ ਹੋਇਆ ਸੀ ਇਸ ਗੀਤ ਨੂੰ ਦਰਸ਼ਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਤੇ YouTube ਤੇ ਇਸ ਗੀਤ ਦੇ 47 ਮਿਲੀਅਨ ਤੋਂ ਵੀ ਵੱਧ ਵਿਊਜ਼ ਨੇ ਯਾਨੀ ਕਿ 4 ਕਰੋੜ 70 ਲੱਖ ਤੋਂ ਵੀ ਵੱਧ ਲੋਕ ਇਸ ਗੀਤ ਨੂੰ ਦੇਖ ਚੁੱਕੇ ਨੇ ਦੱਸ ਜੀ ਕਿ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਗੀਤ ਇਸ ਤੋਂ ਬਾਅਦ ਰਿਲੀਜ਼ ਹੋਇਆ ਜੋ ਕਿ ਪਿਛਲੇ ਮਹੀਨੇ ਹੀ ਰਿਲੀਜ਼ ਹੋਇਆ April ਦੇ ਵਿੱਚ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਜਿਸ ਦਾ ਨਾਮ ਹੈ ਮੇਰਾ ਨਾਮ ਮੇਰਾ ਨਾਮ ਗੀਤ ਨੂੰ ਦਰਸ਼ਕਾਂ ਨੇ ਭਰਵਾ ਹੁੰਗਾਰਾ ਦਿੱਤਾ ਜਿੱਥੇ ਕਿ ਇਸ ਗੀਤ ਨੇ ਕਈ ਰਿਕਾਰਡ ਤੋੜੇ ਉੱਥੇ ਹੀ ਇਸ ਗੀਤ ਨੇ ਇੰਟਰਨੈਸ਼ਨਲ ਚਾਰਟਸ ਤੇ ਵੀ ਜਗ੍ਹਾ ਬਣਾਈ ਤੇ ਇਸ ਗੀਤ ਨੂੰ ਹੁਣ ਤੱਕ 49 ਮਿਲੀਅਨ ਯਾਨੀ ਕਿ 4 ਕਰੋੜ 90 ਲੱਖ ਤੋਂ ਵੀ ਵੱਧ ਲੋਕ ਵੇਖ ਚੁੱਕੇ ਨੇ ਇਸ ਗੀਤ ਤੇ 34 ਲੱਖ ਤੋਂ ਵੀ ਵੱਧ ਲਾਈਕਸ ਨੇ ਤੇ 12 ਲੱਖ ਤੋਂ ਵੱਧ ਕਮੈਂਟਸ ਵੀ ਆ ਚੁੱਕੇ ਨੇ ਇਸ ਗੀਤ ਦੇ ਕ੍ਰੈਡਿਟਸ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲਾ ਨੇ ਇਸ ਗੀਤ ਦੇ ਲਿਰਿਕਸ ਨੂੰ ਲਿਖਿਆ ਤੇ ਗਾਇਆ ਵੀ ਸਿੱਧੂ ਮੂਸੇਵਾਲਾ ਨੇ ਇਸ ਦੇ ਵਿੱਚ ਬੁਰਨਾ ਬாய் ਦਾ ਰੈਪ ਵੀ ਹੈ ਜੋ ਕਿ ਇੱਕ ਇੰਟਰਨੈਸ਼ਨਲ ਆਰਟਿਸਟ ਹੈ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਜਨਮਗ੍ਰਹੋਂ ਉਹਨਾਂ ਨੂੰ ਸਟੇਜ ਤੇ ਸ਼ਰਧਾਂਜਲੀ ਵੀ ਦਿੱਤੀ ਸੀ ਜਿਸ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਸੀ ਬੁਰਨਾ ਬாய் ਇਸ ਗੀਤ ਵਿੱਚ ਰੈਪ ਕੀਤਾ ਹੈ ਤੇ ਉਸ ਰੈਪ ਦੇ ਲਿਰਿਕਸ ਬੁਰਨਾ ਬாய் ਨੇ ਲਿਖੇ ਨੇ ਮਿਊਜ਼ਿਕ ਕੀਤਾ ਸਟੀਲ ਬੈਂਗਲਸ ਦਾ ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਨੇ ਸਟੀਲ ਬੈਂਗਲਸ ਦੇ ਨਾਲ ਕੰਮ ਕੀਤਾ ਸੀ ਜਿਸ ਗੀਤ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਸੀ ਕੇ 47 ਗੀਤ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਸਟੀਲ ਬੈਂਗਲਸ ਦੇ ਨਾਲ ਕੰਮ ਸੀ ਇਸ ਗੀਤ ਦੀ ਵੀਡੀਓ ਨੂੰ ਬਣਾਇਆ ਨਵਕਰਨ ਬਰਾੜ ਨੇ ਦੱਸ ਦਈਏ ਕਿ ਨਵਕਰਨ ਬਰਾੜ ਉਹੀ ਨੇ ਜਿਨ੍ਹਾਂ ਨੇ एसवाईएल ਗੀਤ ਦੀ ਵੀਡੀਓ ਨੂੰ ਵੀ ਬਣਾਇਆ ਸੀ ਯਾਨੀ ਕਿ ਆਰਟਵਰਕ ਕੀਤਾ ਸੀ ਉਸ ਵੀਡੀਓ ਦਾ ਤੇ ਮੇਰਾ ਨਾ ਗੀਤ ਦੀ ਵੀਡੀਓ ਵੀ ਨਵਕਰਨ ਬਰਾੜ ਦੇ ਵੱਲੋਂ ਹੀ ਬਣਾਈ ਗਈ ਹੈ ਸੋ ਇਹ ਗੀਤ ਸਿੱਧੂ ਮੂਸੇਵਾਲਾ ਦੇ ਨੇ ਜੋ ਕਿ ਇਹਨਾਂ ਦੇ ਜਾਣ ਤੋਂ ਬਾਅਦ ਰਿਲੀਜ਼ ਹੋਏ ਨੇ ਹਲੇ ਵੀ ਕਈ ਸਾਰੇ ਗੀਤ ਨੇ ਜਿਨ੍ਹਾਂ ਦੀ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਉਡੀਕ ਹੈ ਜੋ ਕਿ ਰਿਲੀਜ਼ ਕੀਤੇ ਜਾਣਗੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਜਾਂਦੇ ਅੰਦੇ ਜ਼ਰੂਰ ਦੱਸਿਏ ਕਿ ਸਿੱਧੂ ਮੂਸੇਵਾਲਾ ਦੇ ਨਾ ਗੀਤਾ ਨੇ ਕਈ ਰਿਕਾਰਡਸ ਤੋੜੇ ਨੇ ਜਿਵੇਂ ਕਿ ਮੇਰਾ ਨਾਂ ਗੀਤ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ YouTube ਚੈਨਲ ਦੇ ਸਬਸਕ੍ਰਾਈਬਰ 20 ਮਿਲੀਅਨ ਤੋਂ ਪਲੱਸ ਹੋ ਗਏ ਤੇ ਸਿੱਧੂ ਮੂਸੇਵਾਲਾ ਪਹਿਲਾ ਇੰਡੀਅਨ ਇੰਡੀਪੈਂਡੈਂਟ ਆਰਟਿਸਟ ਬਣਿਆ ਜਿਸ ਦੇ ਇੰਡੀਵਿਜੂਅਲ ਚੈਨਲ ਤੇ 20 ਮਿਲੀਅਨ ਤੋਂ ਪਲੱਸ ਸਬਸਕ੍ਰਾਈਬਰ ਨੇ ਸੋ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਸੋ ਸਿੱਧੂ ਨੂੰ ਗਿਆ ਹਾਂ 1 ਸਾਲ ਹੋ ਚੁੱਕਿਆ ਹਾਲੇ ਤੱਕ ਵੀ ਇਹਨਾਂ ਦੇ ਪੇਰੈਂਟਸ ਇਨਸਾਫ ਲਈ ਦਰਦ-ਦਰ ਤੱਕੇ ਵਿਚ ਜ਼ਰੂਰ ਲਿਖਣਾ ਤਾਂ ਕਿ ਇੱਕ ਵਾਰ ਫਿਰ ਤੋਂ ਉਸ ਨੂੰ ਇਨਸਾਫ ਦਿਵਾਉਣ ਵਾਸਤੇ ਆਵਾਜ਼ ਬੁਲੰਦ ਕੀਤੀ ਜਾ ਸਕੇ